धन धन श्री गुरु ग्रंथ साहिब जी ओ अरदास हमारी जियो पिंड सब तेरा कह नानक सब तेरी वडियाई कोई ना ना जाने मेरा बाणी अमृत सारे गुरबाणी कह सेवक जन मने पर तख गुरु निसतारे फिरत प्रभ आया फिरत प्रभ आया परियाता सरनाय नानक की प्रभ बेनती नानक की प्रभ बेनती अपनी भक्ति लाए सार न जाना तेरी सब ते वड़ा सतगुरु नानक जिन कल राखी मेरी आनंद गुण निदान गुरु गरीब निवास सारी संगत गज के बोलना सतनाम श्री वाहेगुरु जी
ਜੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਣੀ ਮਨਕਾਰੇ ਪਛ ਪਸ਼ੂ ਨਗਨਾਗ ਨਿਰਾਤਮ ਸਰਬ ਸਮੇ ਸਭ ਕੋ ਪ੍ਰਤਪਾਰੇ ਹਾਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰਿਆਇਆ ਹਰਿ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਦੀਨ ਦੁਨੀਆਂ ਦੇ ਮਾਲਕ ਜ਼ਿਲ੍ਹੇ ਅਲਾਹੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ ਆਪ ਸਾਰੀਆਂ ਸੰਗਤਾਂ ਦੇਵਤਿਆਂ ਤਰ੍ਹਾਂ ਸਮਾਧੀਆਂ ਲਗਾ ਕੇ ਦਰਬਾਰੀ ਹੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਕੋਈ ਵੱਡਾ ਕੋਈ ਸੀਐਮ ਕੋਈ APM ਆਪਣਾ ਦਰਬਾਰ ਲਗਾਉਂਦਾ ਹੈ ਨਾ ਤੇ ਆਪਣੇ ਵੱਡੇ ਵੱਡੇ ਮੰਤਰੀ ਸਦਕੇ ਨਿਕਦੇ ਜਿਹੜੇ ਉਹਦੇ ਮੰਤਰੀ ਹੁੰਦੇ ਉਹਨਾਂ ਨੂੰ ਸਦਕੇ ਬਿਠਾਲਦਾ ਉਹਨਾਂ ਦੇ ਮੀਟਿੰਗਾਂ ਕਰਦਾ ਹੈ ਬਾਹਰ ਦਾ ਕੋਈ ਦੁਨਿਆਵੀ ਬੰਦਾ ਉਹਨਾਂ ਦੇ ਨਾਲ ਆ ਕੇ ਮਿਲ ਤੱਕ ਨਹੀਂ ਜੇ ਸਕਦਾ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਹੈ ਆਪ ਸਾਰੀਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰੀ ਹੋ ਦਰਬਾਰੀ ਗੁਰੂ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਰਾਤਰੀ ਦੇ ਦੀਵਾਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਹਾਜ਼ਰੀ ਨੂੰ ਬਣਾਇਆ ਹੋਇਆ ਹੈ ਦਾਸਰਿਆਂ ਤੋਂ ਪਹਿਲਾਂ ਆਪ ਸੰਗਤਾਂ ਸਿੰਘ ਸਾਹਿਬ ਦੇ ਪਾਸੋਂ ਬੜੇ ਪਿਆਰ ਦੇ ਨਾਲ ਤੇ ਬੜੇ ਠਹਿਰਾਓ ਦੇ ਨਾਲ ਜਿਹੜੀ ਕਥਾ ਉਹ ਆਪ ਸੰਗਤਾਂ ਨਾਲ ਸਾਂਝੀ ਕਰੇ ਸਨ ਆਪ ਸੰਗਤਾਂ ਸਰਵਣ ਕਰੇ ਸਨ ਗੱਲ ਚੱਲ ਰਹੀ ਸੀ ਸ਼ਰਧਾ ਤੇ ਭਾਵਨਾ ਦੀ ਗੁਰਮੁਖ ਪਿਆਰੇ ਗੱਲ ਚੱਲ ਰਹੀ ਸੀ ਇਹ ਦਾਤੇ ਰੱਖੇ ਹੋਏ ਭਰੋਸੇ ਦੀ ਬੈਠਿਆਂ ਬੈਠਿਆਂ ਦਾਸ ਦੇ ਮਨ 'ਚ ਇੱਕ ਪ੍ਰਮਾਣ ਆਇਆ ਮੈਂ ਫਤਿਹ ਬੁਲਾਉਣ ਤੋਂ ਪਹਿਲਾਂ ਆਪ ਸੰਗਤ ਨਾਲ ਸਾਂਝਾ ਕਰਦਿਆਂ ਇਹ ਰੱਬ ਦੀਆਂ ਰੰਗ ਰਤਲੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਇਹ ਪਹਿਰਾਵੇ ਤੋਂ ਨਹੀਂ ਪਛਾਣੀਆਂ ਜਾਂਦੀਆਂ ਗੁਰਮੁਖ ਪਿਆਰੇ ਕਦਾ ਜਿਤਨਾ ਸੋਚੋ ਜਿਹਨੇ ਸਾਡੇ ਵਰਗੇ ਭੇਖੀ ਬੰਦੇ ਨੇ ਇਹਨਾਂ ਸੋਹਣੇ ਚੋਲੇ ਪਾਏ ਹੋਏ ਨੇ ਇਹਨਾਂ ਗੱਲ 'ਚ ਮਾਲਾ ਪਾਈ ਹੋਈ ਹੈ ਇਹ ਰੱਬ ਦੇ ਬਹੁਤੇ ਨਜ਼ਦੀਕ ਹੋਣਗੇ ਇੱਥੇ ਕਈ ਐਸੇ ਵੀ ਤੁਰੇ ਫਿਰਦੇ ਨੇ ਜਿਹੜੇ 24-24 ਘੰਟੇ ਗੁਰੂ ਕੀ ਸੰਗਤਾਂ ਦੇ ਜੋੜਿਆਂ 'ਚ ਬੈਠੇ ਰਹਿੰਦੇ ਨੇ ਅਤੇ ਦੁਨਿਆਵੀ ਬੰਦੇ ਨੂੰ ਲੱਗਦਾ ਵੀ ਇਹਦੇ ਵਰਗਾ ਮੰਗਤਾ ਕੋਈ ਨਹੀਂ ਉਹ ਮੰਗਤੇ ਹੈਣ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਦੇ ਇੱਕ ਪ੍ਰਮਾਣ ਮੈਂ ਆਪ ਸੰਗਤਾਂ ਦੇ ਚਰਨਾਂ 'ਚ ਰੱਖਣਾ ਚਾਹੁੰਦਾ ਇੱਕ ਪੰਡਿਤ ਤੁਰਿਆ ਜਾ ਰਿਹਾ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਕੁੰਭ ਦੇ ਮੇਲੇ 'ਤੇ ਤੁਰਦਿਆਂ ਤੁਰਦਿਆਂ ਇਹਦੇ ਪੈਰ ਦਾ ਜੋੜਾ ਟੁੱਟ ਗਿਆ ਗੁਰਮੁਖ ਪਿਆਰੇ ਨਿਗਾਹ ਦੁੜਾਈ ਸ਼ਹਿਰ ਦੇ ਵਿੱਚ ਇੱਕ ਮੋਚੀ ਨਜ਼ਰ ਆਇਆ ਉਹਦੇ ਕੋਲ ਗਏ ਨੇ ਆਪਣਾ ਜੋੜਾ ਉਤਾਰ ਕੇ ਉਹਦੇ ਕੋਲ ਰੱਖਿਆ ਉਹਨੇ ਇਹਨੂੰ ਵਧੀਆ ਜਗ੍ਹਾ 'ਤੇ ਸਾਫ਼ ਜਗ੍ਹਾ 'ਤੇ ਬਿਠਾ ਲਿਆ ਉਹਨਾਂ ਪੁੱਛਣਾ ਕੀਤਾ ਕਹਿੰਦੇ ਪੰਡਿਤ ਜੀ ਕਿੱਧਰ ਜਾ ਰਹੇ ਹੋ ਪੰਡਿਤ ਨੇ ਆਖਿਆ ਕਹਿੰਦੇ ਕੁੰਭ ਦੇ ਮੇਲੇ ਦਾ ਇਸ਼ਨਾਨ ਕਰਨ ਵਾਸਤੇ ਹਰਿਦੁਆਰ ਜਾ ਰਿਹਾ ਉਹਨਾਂ ਕਿਹਾ ਅਸੀਂ ਜਾ ਸਕਦੇ ਹਾਂ ਕਹਿੰਦੇ ਨਹੀਂ ਤੂੰ ਸ਼ੂਦਰ ਹੈ ਸ਼ੂਦਰ ਕਦੇ ਕੁੰਭ ਦੇ ਮੇਲੇ 'ਤੇ ਨਹੀਂ ਜਾ ਸਕਦਾ ਜੇ ਸ਼ੂਦਰ ਜਾ ਕੇ ਸਾਡੀ ਗੰਗਾ 'ਚ ਇਸ਼ਨਾਨ ਕਰੇਗਾ ਤਾਂ ਸਾਡੀ ਗੰਗਾ ਪਿੱਟੀ ਜਾਵੇਗੀ ਇਹ ਕੌਣ ਸਨ ਗੁਰਮੁਖ ਪਿਆਰਿਓ ਇਹ ਸਨ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਜਿਹਨਾਂ ਨੂੰ ਆਪਾਂ ਸੰਗਤਾਂ ਹਰ ਰੋਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁੱਖ ਖੜ੍ਹੇ ਹੋ ਕੇ ਨਤਮਸਤਕ ਹੁੰਦੇ ਹਾਂ ਭਗਤ ਜੀ ਨੇ ਆਖਿਆ ਠੀਕ ਹੈ ਪੰਡਿਤ ਜੀ ਤੁਸੀਂ ਜਾਓ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਮੈਂ ਤੁਹਾਡੇ ਕੰਮਾਂ 'ਚ ਦਖਲ ਅੰਦਾਜ਼ੀ ਕਿਉਂ ਕਰਾਂ ਜੇ ਸਾਡੇ ਜਾਣ ਤੁਹਾਡੀ ਗੰਗਾ ਪਿੱਟੀ ਜਾਂਦੀ ਹੈ ਅਸੀਂ ਇਸ਼ਨਾਨ ਕਰਕੇ ਰਹਿਣਾ ਵੀ ਕੀ ਹੈ ਪਰ ਜੇ ਮੈਂ ਆਪਣੀ ਦਕਸ਼ਣਾ ਭੇਜਾਂ ਜੇ ਮੈਂ ਆਪਣੀ ਪ੍ਰੇਮ ਭੇਟਾ ਭੇਜਾਂ ਮਾਇਆ ਭੇਜਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗੰਗਾ ਪ੍ਰਵਾਨ ਕਰ ਲਵੇਗੀ ਕਹਿੰਦੇ ਹਾਂ ਤੁਹਾਡੇ ਪੈਸੇ ਗੰਗਾ ਪ੍ਰਵਾਨ ਕਰ ਲਵੇਗੀ ਪਰ ਤੁਹਾਨੂੰ ਗੰਗਾ ਮਾਤਾ ਪ੍ਰਵਾਨ ਨਹੀਂ ਜੇ ਕਰੇ ਤੇ ਭਗਤ ਜੀ ਨੇ ਆਪਣੇ ਖੀਸੇ ਵਿੱਚ ਹੱਥ ਪਾਇਆ ਦੋ ਆਨੇ ਜਿਹੜੇ ਉਹਨਾਂ ਸਮੇਂ ਦੀ ਕਰੰਸੀ ਹੋਵੇਗੀ ਜੋ ਵੀ ਸੀ ਉਹਨਾਂ ਕੱਢ ਕੇ ਇਹਦੇ ਹੱਥ 'ਤੇ ਰੱਖ ਦਿੱਤੀ ਉਹਨਾਂ ਆਖਿਆ ਪੰਡਿਤ ਜੀ ਤੁਹਾਡਾ ਸੁਭਾਅ ਏ ਤੁਸੀਂ ਇਸ਼ਨਾਨ ਕਰਨਾ ਵਗਾ ਕੇ ਆਪਣੀ ਮਾਇਆ ਗੰਗਾ 'ਚ ਸੁੱਟ ਦਿੰਦੇ ਜੇ ਇਹ ਸਾਡੀ ਦਸਾਂ ਨੌਵਾਂ ਦੀ ਕਿਰਤ ਕਮਾਈ ਹੈ
जे गंगा आप आन के तुहाडे तो साडी माया मंगे फिर देना नहीं तो वापस लिया के मैनू दे देना। पंडित ने पैर च जोड़ा पाया तुर पिया कहिंदा गंगा मात ने अज तक उमरां लांघियां सानू कदे दर्शन नहीं दिते तेरी गरीब की माया लैन वास्ते गंगा माता प्रगट होवेगी। गया इशनान पान किया इशनान करन तो बाद जदों वापस तुरन लगा ना ते इतिहास करा एक गल लिखीए एक मुटियार जिवें सज व्याई मुटियार हुंदी है ना इदां तैयार बर तैयार होके ਉਹ ਇਹਦੇ ਸਾਹਮਣੇ ਆਣ ਕੇ ਪ੍ਰਗਟ ਹੋਈ ਤੇ ਪਿੱਛੋਂ ਜਾ ਕੇ ਪੰਡਿਤ ਨੂੰ ਆਵਾਜ਼ ਮਾਰੀ। ਉਹਨਾਂ ਆਖਿਆ ਕਹਿੰਦੇ ਪੰਡਿਤ ਜੀ ਮੇਰੇ ਸ਼ਰਧਾਲੂ ਦੀ ਸ਼ਰਧਾ ਤੁਸੀਂ ਮਾਇਆ ਤਾਂ ਦਿੰਦੇ ਜਾਓ ਨਾ ਜਿਹੜੀ ਮੇਰੇ ਵਾਸਤੇ ਉਹਨਾਂ ਭੇਜੀ ਹੈ ਮੇਰੀ ਪ੍ਰੇਮ ਭੇਟਾ ਹੈ। ਪੰਡਿਤ ਨੇ ਜਦੋਂ ਪਿੱਛਾ ਭੌਂ ਕੇ ਵੇਖਿਆ ਤੇ ਪਲੀ ਪਲ ਸਮਝ ਗਿਆ ਕਹਿੰਦਾ ਇਹ ਗੱਲ ਜਾਂ ਤਾਂ ਮੈਨੂੰ ਪਤਾ ਸੀ ਤੇ ਜਾਂ ਫਿਰ ਉਸ ਮੋਚੀ ਨੂੰ ਪਤਾ ਸੀ। ਹੋਵੇ ਨਾ ਹੋਵੇ ਗੰਗਾ ਹੈ ते पंडित ने आखे कहिंदे गंगा माता तुसी प्रगट होए हो। उन्हें अपनी जेब च हाथ मारिया जिहड़ा भगत जी ने उन्हूं कांसा दिता से उन्हें चक्क दी थैली रख दिता। ते पंडित ने आखे कहिंदे माता जी हुण मैं जावांगा ते भगत जी ने मैनूं पुछना है तुसी भी कोई निशानी दिओ ना जिहड़ी मैं जाके उन्हूं वापस कर दिया मोड़ दिया। ते उह निशानी दे के भगत जी समझाण कि तुसां ने उहदी भेटा प्रवान कर ली है। गुरु दे प्यार वालिया उस वक्त गंगा ने पता की भेटा दी सी भगत जी नू उन्हां अपने हाथ विचों कड़ा उतारिया सी कंगन सोने दा कंगन उतार के इस पंडित की हथेली ते रख दिता सी। बड़ा तकड़ा इतिहास जो आपां संगतां खोजदे जांदे गांह दी गांह बड़े तत्त साडे सामने आउंदे ने। इह सोने दा कंगन जिहड़ा सी गंगा ने पंडित की हथेली ते रखिया सवाल पैदा हो जांदा है एक सज व्याई मुटियार अपने गहने उदो उतार दी जो दे सिर दा साई मर जावे गुरमुख प्यारे उन्हां चरणी जो उतार दी। गंगा ने अपने गहने उतार दिते किहड़ा सिर दा साई मर गया सी गंगा दा इतिहास पढ़िए पता चलदा। उन्हां समयां दे विच मैं बहुत ही बरीकी च नहीं जाणा इह मेरा विशा नहीं कि उन्हां समयां दे विच हिंदुस्तान दे बादशाहां ने हथियार सुट दिते सन फिर विदेशी सन मुहम्मद गौरी वर्गे महमूद गजनबी वर्गे जिन्होंने अपनी तेग दे जोर दे नाल हिंदुस्तान नूं लियाके गुलाम बनाया सी ते इत्थे मुसलम धर्म की नींह कायम कीती सी। गंगा ने आख्या मेरे सिर दे साईं जिन्हां मेरी पत बजाउणी सी ओह तां मर गए हुण मैं गहने धारण करके की करने ने हुण मैं आप संगतां दी सुरतियां बिरतियां पटना साहिब की धरती ते लै जा दो मिनट असि कहने गुरु कलगीधर पातशाह महाराज नौ साल की अवस्था पातशाह खेड़ खेड़ इधर आ गए तो पातशाह ने अपने कंगन उतारिया तो वगा के गंगा दे विच सुट दिता। असि आम तौर पर बचन कहने ना घर गए माता जी ने पुछया पुत कित्थे कंगन सुटिया क्यों सुट गया माता जी ने लैके दूजा भी सुट दिता सह सबाए सुट दिता। असि कहने खेड़ खेड़ सुट दिता ਐਵੇਂ ਜੇ ਕੰਮ ਜਿਹੜੇ ਹੁੰਦੇ ਸਾਡੇ ਵਰਗੇ ਦੁਨਿਆਵੀ ਬੰਦੇ ਕਰਦੇ ਨੇ ਰੱਬ ਦੀਆਂ ਰੰਗ ਰਤਣੀਆਂ ਰੂਹਾਂ ਖਾਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਵੀ ਕਾਰਜ ਕੀਤਾ ਉਹਦੇ ਮਗਰ ਕੋਈ ਨਾ ਕੋਈ ਕਾਰਨ ਰਿਹਾ ਹੈ। ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਨੇ ਜਿੱਥੇ ਕੰਗਣ ਸੁੱਟੇ ਸੀ ਨਾ ਗੰਗਾ ਦੇ ਵਿੱਚ ਗੰਗਾ ਨੇ ਆਪ ਕੰਗਣ ਉਤਾਰ ਕੇ ਦਿੱਤੇ ਤੇ ਪਾਤਸ਼ਾਹ ਨੇ ਸੁੱਟੇ ਨਹੀਂ ਉਹ ਪਹਿਨਾਏ ਸਨ। ਇਸੇ ਗੰਗਾ ਦੇ ਕੰਢੇ ਤੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਤੇਗ ਚੱਕੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਗਲ ਰਾਜ ਦੀ ਜੜ ਪੁੱਟ ਕੇ ਰੱਖ ਦਿੱਤੀ ਸੀ। ਗੁਰਮੁਖ ਮਹਾਰਾਜ ਨੇ ਪੱਤ ਬਚਾਈ ਇਹ ਸੀ ਉਹ ਰੱਬ ਦੀਆਂ ਰੰਗ ਤੜੀਆਂ ਰੂਹਾਂ ਦਾ ਇਤਿਹਾਸ। ਜਦੋਂ ਭਗਤ ਜੀ ਵਰਗੇ ਐਸੇ ਸਤਿਪੁਰਸ਼ ਜਿੰਨਾ ਚਿਰ ਦੁਨੀਆਂ 'ਤੇ ਹੋਣ ਇਹ ਪੰਜਾਬ ਦੀ ਧਰਤੀ ਨੂੰ ਦੁਨੀਆਂ ਨੂੰ ਕੋਈ ਤੱਤੀ ਵਾਹ ਨਹੀਂ ਜੇ ਲੱਗ ਸਕਦੀ ਅਨੇਕਾਂ ਨੂੰ ਨਾਲ ਤਾਰ ਕੇ ਲੈ ਜਾਂਦੇ। ਉਸ ਸਤਿਪੁਰਸ਼ਾਂ ਦਾ ਮਹਾਂਪੁਰਸ਼ਾਂ ਦਾ ਭਗਤਾਂ ਦੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਛਤਰ ਛਾਇਆ ਦੇ ਅੰਦਰ ਆਪਾਂ ਸਾਰੀਆਂ ਸੰਗਤਾਂ ਜੁੜ ਕੇ ਬੈਠੇ ਹਾਂ। ਆਓ ਸਾਰੀਆਂ ਸੰਗਤਾਂ ਸਭ ਤੋਂ ਪਹਿਲਾਂ ਧਿਆਨ ਧਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਦੋਵੇਂ ਹੱਥ ਜੋੜੋ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਦੇ ਨਾਲ ਗੁਰਮੁਖ ਪਿਆਰੇ ਬਚਨ ਸਾਂਝਾ ਕਰੇ ਸਨ ਮਨ 'ਚ ਵਿਚਾਰ ਹੈ ਦੋ ਟੁੱਕ ਮੈਂ ਵੀ ਸਾਂਝੇ ਕਰ ਲਵਾਂ ਗੁਰਮੁਖ ਪਿਆਰੇ। ਸੋ ਆਓ ਜਿਹੜਾ ਇਤਿਹਾਸ ਆਪਾਂ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਸ਼ੁਰੂ ਕਰ ਚੁੱਕੇ ਸਾਂ ਉਹਨੂੰ ਅਗਲੇਰੇ ਤੋੜਨ ਦਾ ਯਤਨ ਕਰੀਏ। ਇਤਿਹਾਸ ਸੀ ਰਾਜੇ ਰਤਨ ਰਾਏ ਦਾ। ਮੈਂ ਥੋੜ੍ਹਾ ਜਿਹਾ ਟੁੱਕ ਮਾਤਰ ਪਿਛਲਾ ਇਤਿਹਾਸ ਸਾਂਝਾ ਕਰਾਂ ਕਿਉਂਕਿ ਸੰਗਤਾਂ ਕੁਝ ਨਵੀਆਂ ਵੀ ਨੇ ਇਤਿਹਾਸ ਦੀ ਲੜੀ ਜੋੜਨ ਵਾਸਤੇ।
राजा रतन राय नौजवान शहनशाह बादशाह राजकुमार दिन चढ़िया खड़ा होया तैयार होया जो शीशे के सामने जाके अपना मुख निहार लगा ना ए मस्तक के विचकार कोई दाग से नानक सह छके जिना हैरान हो गया कहिंदा ना मैं किते डिग्गिया ना मेरे कोई फोड़ा फेंसी मैनू जिथों तक याद है मैनू कदे कोई प्रॉब्लम नहीं आई ये फिर मेरे मस्तक ते दाग है कदा कहिंदा मैं अपनी माँ नू जाके पुछदा जो साडे ते कोई घटना वापरदी असीं भी अपनी माँ वल दौड़दे आ ना गुरमुख प्यार कहिंदा मेरी माँ नू निरसंदेह पता होवेगा कहिंदा जाके माता जी अज मैं देखिया मेरे सिर दे विच दाग सी गोल दाग मैनू इं प्रतीत हुंदा जिदे जिवें इहदे विच कुछ लिखिया होवे इह गोल दाग दे विचकार लिखिया सी एक ओंकार कहिंदा माता जी मैनू खुल के दसना करो हुण इह मेरे मस्तक दे विचकार जिहड़ा दाग है इह सिक्के दा दाग लिखिया की इह दाग किवें मेरे सिर ते पिया जदों राजे रतन राय की माता के कन्ना च बोल पए तो माता की भुप निकल गई गुरमुख प्यार राजे ने आख्या कहिंदा माता जी मैं कोई गलती कर दी तुहानू पुछ के तुहाडा दिल दुखला दिता तुसी रो पाए हो मां तू रोई क्यों है तेरिया अखां दे हंजू ए गल दसदे ने कि इस कार इस दाग दे मगर कोई ना कोई वड्डा कारण होवेगा मैनू खुल के दस मां हुण मेरे तो रिहा नहीं जो जांदा मां कहिंदी पुत्रा चल मैं तैनूं फिर लैके चलदी हां उह समय दे विच सुरती बिरती दे नाल जिवें साडी बॉडी ट्रैवल करदी ने कारां बसां दे थराई इस तरह साडी मानसिकता साडी मैंटल हैल्थ जिहड़ी है इह वी ट्रैवल करदी जे गुरमुख प्यार जिवें हुण आपां सारियां संगतां बैठे हां बैठे तो आपां इंग्लैंड दी धरती है ना सुरतियां बिरतियां साडियां उस इतिहास दे नाल नाल चल रहियां ने आसाम दी धरती है माता ने आख्या कहिंदी पुत्रा तेरा पिता ते मैं थर दर ते ठोकरा खांदे फिरदे सां कि साडे घर औलाद हो जावे बड़े मंत्र जंत्र पढ़ के देख ले बड़े हवन करा के देख ले बड़े देवी देवते पूज के देख ले दवाई दप्पा भी लैके देखिया पर कोई असर ना होया फिर इस आसाम की धरती नूं भाग लाउण वास्ते गुरु तेग बहादुर महाराज असिके ने हिंद की चादर जो आप हिंद की चादर कहने गुरु गुरु तेग बहादुर महाराज की शहादत का मापदंड जो बड़ा थोड़ा कर दें गुरमुख प्यार कितने लिखा नहीं जी हिंद की चादर महाराज सच्चे पातशाह की लिखा है प्रगट पे गुरु तेग बहादुर सगल श्रिष्ट पे ढापी चादर पाशक देश दे नहीं पाशक कुल कायनात दे चादर बन के आए सन पाशक इंसानियत नूं ढकिया मरदा होया एक धर्म सतगुरु सच्चे पाणे चादर पा के ढकिया जे चादर पा के वह किसी भी देश का हो सकता उन्हां समय च आप संगत इतिहास पढ़ के देखो हिंदुस्तान वीर रियासतां दे विच वंडिया होया सी गुरमुख प्यारो एडा क देश नहीं सी जिड्डा अज कहिंदे गुरु तेग बहादुर महाराज जी आए मैं ते तेरे पिता जी असीं दोवें गुरु तेग बहादुर महाराज दी शरण चले गए बड़ी सेवा कीती दिल तोड़ के तुहाडे पिता ने सेवा कीती दिन रात महाराज के चरणों च रहना सेवा करनी बंदगी करनी इन्ना प्यार विच भिज गए सन तुहाडे पिता जी जिन्ना चर गुरु तेग बहादुर महाराज नूं अखां दे नाल निहार नहीं सन ना लैंदे उन्हां दे मन नूं चैन ही नहीं सी आउंदा दिन चढ़ना जल्दी दे नाल इशनान पान करके सब तो पहला जाके गुरु तेग बहादुर महाराज के दर्शन करने उह सिखो तुहाडा इतिहास है जिहड़े असीं रहत मर्यादा च पढ़दे आ ना माफ करना हाँ तो तुहाडे संगतां दा छोटा जिहा प्रचार की पर जदों इतिहास पढ़दे पढ़दे रहत मर्यादा ते आउंदा ते दुख लगदा ए साडी रहत मर्यादा एडी छोटी हो गई जी साडी रहत मर्यादा एडी सुंगड़ गई जी जिहदे विच इह नहीं दस्या जांदा कि गुरु कलगीधर पातशाह महाराज दा इह वी वचन है कि अमृत वेले दिन चढ़दे सब तो पहले जपजी साहिब दा पाठ करना ते फिर अन्न पानी छकना फिर अपने हलख तो हेठा उन्ना चिर प्रशादा नहीं जलगा जिन्ना चिर तुम जपजी साहब की बाणी का जाप नहीं कर लेंगे ये गुरु कलगीधर पातशाह महाराज का हुक्म है आप संगत पढ़ियो भाई साहब भाई नंद लाल सिंह जी का रहतनामा असीं पढ़ते अगला इतों तक लक्के दे दिता अमृत वेले तीन बाणियां पढ़ लो पांच बाणियां पढ़ने की भी जरूरत नहीं जी ये सिखां दे पुत असीं हाँ जी तो असीं सिर झुकाउंदे जाने गुरमुख प्यारो ਸਮੇਂ ਇਤਿਹਾਸ ਵਿੱਚ ਫਿਰ ਆਵਾਂ ਉਹਨੇ ਆਖਿਆ ਕਹਿੰਦੇ ਤੇਰਾ ਪਿਤਾ ਜੀ ਉਹਨਾਂ ਚਿਰ ਛਕਦੇ ਕੁਝ ਨੇ ਸਨ ਜਿੰਨਾ ਚਿਰ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਮੁਖੜਾ ਨਹੀਂ ਸੀ ਦੇਖ ਲੈਂਦੇ ਇੰਨੀ ਦਿਲ ਲਾ ਕੇ ਸੇਵਾ ਕੀਤੀ ਇੱਕ ਦਿਨ ਪਾਸ਼ਾ ਨੇ ਕੋਲ ਬੁਲਾਇਆ
पातशाह कहते राजा राम राय ये रतन राय के पिता सन, कहते तू इनी सेवा करदा है, अज तेरी सेवा गुरु नानक के दर से प्रवान हो गई है, मंग की मंगदा है। पातशाह ने कहा राजा राम राय मैं जानता हाँ तेरे दिल च कोई सवाल है, तू मंगन लगा डर जाना, अज डरना जो तू कहेगा गुरु नानक पातशाह महाराज के दर तो वह तेनू मिलेगा ही। राजा राम राय की अखा चो अथरू आ गए, हाथ जोड़ के कहिंदा सच्चे पातशाह जे तुठे हो ना महाराज वैसे तो तेरे दर्शन कीते सारी दुनिया की भोखी लह गई। पातशाह महाराज ना पदार्थ चाहिए ने, बड़ा कुछ दिता तुहाडा सच्चे पातशाह, देश का राजा है मैं, पर सच्चे पातशाह जिहड़ा राज भाग तुसां मेरी झोली पाया है ना, हुण डर लगता महाराज मेरे घर औलाद ही कोई नहीं है, ए राज भाग मेरा हुण बगाणियां दे हत्थ चलिया जाएगा, कृपा कर जे राज भाग दिता तो सामराज नूं सांभण वाला एक वारस भी मेरी झोली पा दे। ते सच्चे पातशाह इतिहासकार कहिंदे उस समय एक छल्ले दे नाल खेड रहे सन, जाना सिक्का सी कोई उन्हां दे हत्थ विच, ये दोवें गल्लां सामने आउंदियां ने। पातशाह ने अपनी हथरी मोर जिन्ना महाराज सच्चे पातशाह उस समय च अपनी उंगलां च घुमा रहे सन, पातशाह ने मोर जिहड़ी सी राजे राम राय दे मस्तक ते लगा के आख्या कहिंदे राम राय आउण वाले समय च तेरे घर पुत पैदा होवेगा, ये पुत होवेगा बाबे नानक दा पुत्र, इहदे मस्तक दे विच इसे ही नानक साहिब छके दा दाग होवेगा, ये निशानी है। पूरे नौ महीनों के बाद विद्वान सज्जन लिखते हैं राजा राम राय दे करे उहदा साहिब ज्यादा प्रगट हो गया। गुरु माता ने सारी वार्ता सुनाई, माता ने आख्या कहिंदी पुत्रा आ इतिहास सी तेरे मस्तक च लगे हुए दाग दा, तेरा पिता जांदा जांदा ये गल कह गया सी मैनू कि साडे पुत नूं गुरु नानक दा सेवक बना के रखी। माता किते राज शायद नशे दे विच जिवें अजकल साडे वड्डे वड्डे मंत्री कप्तान होके पंजाब दा बिड़ा गर करन ते लगे हुए ने, अपने देश नूं खाण ते लगे ने, उन्हें आख्या माता किते इस राज भाग दे नशे विच साडा पुत गलत पासे ना चलिया जावे, बाबे नानक दे दर तो टुट ना जावे, गुरु तेग बहादुर महाराज दे नाल उहदा प्यार बनाई रखी, गुरु तेग बहादुर महाराज दे दर दा पौरा रखी, इहना बचन कह के तेरा पिता मैनू छड़ के दुनिया तो चलिया गया, हुण तू तख्त ते बैठा है। जदों राजा रतन राय ने शब्द सुने रिहा ना जावे गुरमुख प्यारियो, दोवे हाथ जोड़े नैना चो नीर वह तुरिया मोती गिर गए, हाथ जोड़ के कहना माता हुण मेरा भी दिल करदा है ओ गुरु तेग बहादुर महाराज दे दर्शन मैं भी करने चाहुंदा, मैनू जल्दी दस गुरु तेग बहादुर महाराज इस समय है किथे, हुण मेरा दिल नहीं लगदा, आओ सरवण करो गुरमुख प्यारियो गुरु तेग बहादुर महाराज किथे सन उहना समयां दे विच, उहना दी माता की कह रही है, प्यार दे नाल सरवण करो। सुन पुत्रा तेनू बात सुनावा, नौवे गुरु दी मैं जिन्ना दे वर नाल ले आए, जन्म मनुखा ते जिन्ना दे वर नाल ले आए, जन्म मनुखा ते सीस वार किंज धर्म बचाउणा, सीस वार किंज धर्म बचाउणा, घर विखे आण तन श्री गुरु तेग बहादुर हो कुर्बान गए, तन श्री गुरु तेग बहादुर हो कुर्बान गए।
ਵਿੱਚ ਅਨੰਦਪੁਰ ਆਣ ਜਦੋਂ ਡਾਡੇ ਗੁਰ ਲਾਏ ਸੀ ਵਿੱਚ ਅਨੰਦਪੁਰ ਆਣ ਜਦੋਂ ਡਾਡੇ ਗੁਰ ਲਾਏ ਸੀ ਉਹਨਾਂ ਦੀ ਪੱਤ ਦੇਖੀ ਉਜੜਦੀ ਉਹਨਾਂ ਦੀ ਪੱਤ ਦੇਖੀ ਉਜੜਦੀ ਚਾਦਰ ਤਾਣ ਗਏ ਤਨ ਸ਼੍ਰੀ ਗੁਰੂ ਤੇਗ ਬਹਾਦਰ ਹੋ ਕੁਰਬਾਨ ਗਏ ਤਨ ਸ਼੍ਰੀ ਗੁਰੂ ਤੇਗ ਬਹਾਦਰ ਹੋ ਕੁਰਬਾਨ ਗਏ ਨਵੰਬਰ ਚੌਂਕ ਚਾਂਦਨੀ ਜਾਵੇ ਨਾ ਭੁੱਲਿਆ ਤੇਗ ਪਾਪ ਦੀ ਚੱਲੀ ਲਹੂ ਮੇਰੇ ਪਿਆਰੇ ਦਾ ਡੁੱਲਿਆ ਮਾਂ ਨਵੰਬਰ ਚੌਂਕ ਚਾਂਦਨੀ ਜਾਵੇ ਨਾ ਭੁੱਲਿਆ ਤੇਗ ਪਾਪ ਦੀ ਚੱਲੀ ਲਹੂ ਮੇਰੇ ਪਿਆਰੇ ਦਾ ਡੁੱਲਿਆ ਤੇਗ ਪਾਪ ਦੀ ਚੱਲੀ ਲਹੂ ਮੇਰੇ ਪਿਆਰੇ ਦਾ ਡੁੱਲਿਆ ਤਾਹ ਮਾਰ ਕੇ ਧਰਤ ਰੋਈ ਜਦ ਤਾਹ ਮਾਰ ਕੇ ਧਰਤ ਰੋਈ ਜਦ ਛੱਡ ਪ੍ਰਾਣ ਗਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਹੋ ਕੁਰਬਾਨ ਗਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਹੋ ਕੁਰਬਾਨ ਗਏ ਭਾਈ ਜੈਤਾ ਗੁਰ ਕਾ ਬੇਟਾ ਸੀਸ ਲੈ ਆਉਂਦਾ ਲੱਖੀ ਸ਼ਾਵਣ ਜਾਰਾ ਭਾਰੀ ਸੇਵ ਕਮਾਉਂਦਾ ਲੱਖੀ ਸ਼ਾਵਣ ਜਾਰਾ ਭਾਰੀ ਸੇਵ ਕਮਾਉਂਦਾ ਪੂਜਣ ਲੋਕੀ ਜਿੱਥੇ ਆਰਫ ਪੂਜਣ ਲੋਕੀ ਜਿੱਥੇ ਆਰਫ ਦੇ ਨਿਸ਼ਾਨ ਗਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਹੋ ਕੁਰਬਾਨ ਗਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਹੋ ਕੁਰਬਾਨ ਗਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਹੋ ਕੁਰਬਾਨ ਗਏ ਮਾਤਾ ਨੇ ਜਦੋਂ ਦੱਸਿਆ ਨਾ ਪੁੱਤਰਾ ਜਿਹਦੇ ਤੂੰ ਦਰਸ਼ਨ ਕਰਨੇ ਲੋਕ ਤਾਂ ਉਹ ਤਾਂ ਦੁਨੀਆਂ ਛੱਡ ਕੇ ਚਲਾ ਗਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂਆਂ ਦੀ ਖਾਤਰ ਉਹਨਾਂ ਦਾ ਧਰਮ ਬਚਾਉਣ ਦੀ ਖਾਤਰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਿਰ ਕੁਰਬਾਨ ਕਰ ਗਏ ਜਾਂ ਰਾਜਾ ਰਤਨ ਰਾਜ ਦੇ ਕੰਨਾਂ ਦੇ ਵਿੱਚ ਬੋਲ ਪਏ ਤਾਂ ਗੋਡਿਆਂ ਭਾਰ ਹੋ ਕੇ ਧਰਤੀ 'ਤੇ ਡਿੱਗ ਪਿਆ ਗੁਰਮੁਖ ਪਿਆਰੇ ਧਰਤੀ ਦੇ ਨਾਲ ਮਸਤ ਲਗਾ ਕੇ ਧਾਹੀ ਮਾਰ ਕੇ ਰੋਇਆ ਕਹਿਣ ਲੱਗੇ ਮਾਂ ਉਹ ਜਿਹੜੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਦੁਨੀਆਂ 'ਤੇ ਆਇਆ ਮੈਂ ਉਹਦੇ ਦਰਸ਼ਨ ਨਹੀਂ ਕਰ ਸਕਦਾ ਮੈਂ ਏਡਾ ਮੰਦ ਭਾਗਾ ਹੋ ਗਿਆ ਇਹ ਮੇਰੇ ਭਾਗਾਂ ਵਿੱਚ ਮੇਰੇ ਪਿਆਰੇ ਦੇ ਦਰਸ਼ਨ ਕਰਨੇ ਪਾਤਸ਼ਾਹ ਨੇ ਲਿਖੇ ਹੀ ਨਹੀਂ ਬੈਠਾ ਬੈਠਾ ਰਾਜਾ ਰਤਨ ਰਾਏ ਆਪਣੇ ਆਪ ਨੂੰ ਕੋਸ ਰਿਹਾ ਸੀ ਉਹਦੇ ਅੱਖਾਂ 'ਚੋਂ ਨਿਕਲੇ ਹੋਏ ਅਥਰੂ ਧਰਤੀ ਮਾਂ ਦੀ ਹਿੱਕ ਨੂੰ ਗਿੱਲਾ ਕਰ ਰਹੇ ਸਨ ਗੁਰਮੁਖ ਪਿਆਰੇ
ਉਹਦੇ ਬੁੱਲ ਫੜਕ ਰਹੇ ਸਨ। ਉੱਡਦਾ ਸੀ, ਸਿਰ ਚੁੱਕਦਾ ਸੀ, ਦੋਵੇਂ ਹੱਥ ਜੋੜ ਕੇ ਆਕਾਸ਼ ਵੱਲ ਵੇਖ ਕੇ ਕਹਿੰਦਾ, ਸੱਚੇ ਪਾਤਸ਼ਾਹ ਇੱਕ ਵਾਰ ਕਿਰਪਾ ਕਰ ਮਹਾਰਾਜ, ਮੇਰੇ ਸਾਹਮਣੇ ਆ ਕੇ ਆਪਣੇ ਸੋਹਣੇ ਚਿਹਰੇ ਦੇ ਦਰਸ਼ਨ ਤਾਂ ਦੇ ਜਾ ਮਹਾਰਾਜ, ਅੱਜ ਮੇਰਾ ਦਿਲ ਕਰਦਾ ਮੈਂ ਤੈਨੂੰ ਵਾਰ ਵਾਰ ਦੇਖਾਂ। ਮਾਂ ਖੜੀ ਹੋਈ, ਕੋਲ ਆਈ, ਮੋਢੇ ਤੋਂ ਪਕੜ ਕੇ ਪੁੱਤ ਨੂੰ ਹਲੂਣਿਆ, ਘੁੱਟ ਕੇ ਛਾਤੀ ਦੇ ਨਾਲ ਲਾ ਕੇ ਕਹਿਣ ਲੱਗੀ, ਪੁੱਤਰਾ ਤੈਨੂੰ ਕਿਹਨੇ ਕਿਹਾ ਤੂੰ ਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਨਹੀਂ ਜੇ ਕਰ ਸਕਦਾ। ਕਹਿੰਦਾ, ਮਾਂ ਤੁਸੀਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਾਂ ਪੀ ਗਏ। ਮਾਤਾ ਜੀ ਕਹਿਣ ਲੱਗੇ, ਹਾਂ ਪੀ ਗਏ ਨੇ, ਪਰ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਜੋਤ ਆਪਣੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਟਿਕਾ ਕੇ ਦੁਨੀਆਂ ਨੂੰ ਛੱਡ ਕੇ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਜੋਤ ਜਗਦੀ ਹੈ, ਉਹੀ ਚਿਹਰਾ, ਉਹੀ ਨੈਣ, ਉਹੀ ਬਖਸ਼ਿਸ਼ਾਂ, ਉਹੀ ਬੋਲ ਬਾਣੀ। ਅੱਜ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਤੂੰ ਦਰਸ਼ਨ ਕਰਨੇ ਲੋਚਦਾ ਹੈ ਨਾ ਤੇ ਚੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾ ਕੇ ਆਪਣੇ ਨੈਣਾਂ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਰੂਪ ਦੇਖ ਕੇ ਆ। ਇੱਕ ਪਲ ਮਨ ਚ ਖੇੜਾ ਆ ਗਿਆ, ਖੜਾ ਹੋ ਗਿਆ, ਖੁਸ਼ੀ ਆ ਗਈ ਗੁਰਮੁਖ ਪਿਆਰਿਓ, ਗਮੀ ਖੁਸ਼ੀ ਚ ਵਧਣ ਲੱਗਿਆ, ਦੇਰ ਨਾ ਲੱਗੀ, ਹੱਥ ਜੋੜ ਕੇ ਕਹਿੰਦਾ, ਮਾਤਾ ਜੀ ਮੈਂ ਸੁਣਿਆ ਸੀ ਗੁਰੂ ਬਾਬੇ ਦੇ ਦਰ ਤੇ ਅਰਦਾਸ ਪ੍ਰਵਾਨ ਹੁੰਦੀ ਹੈ, ਪਰ ਏਡੀ ਜਲਦੀ ਪ੍ਰਵਾਨ ਹੋ ਜਾਂਦੀ ਹੈ ਇਹ ਮੈਨੂੰ ਵੀ ਨਹੀਂ ਸੀ ਚੁੱਕੀ। ਅਸੀਂ ਵੀ ਅਰਦਾਸਾਂ ਕਰਦੇ ਹਾਂ ਗੁਰੂ ਦੇ ਸਿੱਖਾਂ, ਅਰਦਾਸ ਕਰੇ ਸਿੱਖਾਂ ਦੇ ਵਾਂਗ, ਰਾਜਾ ਰਤਨ ਰਾਏ ਦੇ ਵਾਂਗ। ਜਿੱਦਣ ਅਰਦਾਸ ਕਰਦਿਆਂ ਕਰਦਿਆਂ ਤੁਹਾਡੇ ਨੈਣਾਂ 'ਚੋਂ ਨੀਰ ਆ ਗਿਆ ਨਾ, ਇਹ ਸਮਝ ਲੈਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ 'ਚ ਤੁਹਾਡੀਆਂ ਅਰਦਾਸਾਂ ਪ੍ਰਵਾਨ ਹੋ ਰਹੀਆਂ ਨੇ, ਹਾਜ਼ਰੀਆਂ ਲੱਗ ਰਹੀਆਂ ਨੇ, ਪਾਤਸ਼ਾਹ ਤੁਹਾਨੂੰ ਸੁਣ ਰਹੇ ਨੇ, ਦੇਖ ਰਹੇ ਨੇ। ਪਰ ਗੱਲ ਇਹ ਹੈ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਿਲ ਇਹ ਹੈ ਕਿ ਜੇ ਬੜੀ ਮੁਸ਼ਕਿਲ ਸੀ ਹੋਤੀ ਹੈ। ਰਾਜੇ ਰਤਨ ਰਾਏ ਨੇ ਆਖੇ, ਕਹਿੰਦੇ, ਮਾਤਾ ਤੂੰ ਤਾਂ ਮੇਰਾ ਹੌਸਲਾ ਵਧਾਤਾ, ਮੇਰੀ ਦੁਨੀਆ ਆਬਾਦ ਕਰਤੀ, ਮੈਂ ਹੁਣ ਜਾਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਸਮਾਂ ਸੀਮਤ, ਥੋੜ੍ਹੇ ਜਲਦੀ ਨਾਲ ਇਤਿਹਾਸ ਦਾ ਰਿਜ਼ਲਟ ਕੱਢਾਂ। ਕਹਿੰਦਾ, ਮਾਤਾ ਜੀ ਫਿਰ ਮੈਂ ਜਾਵਾਂਗਾ, ਤੁਸੀਂ ਵੀ ਮੇਰੇ ਨਾਲ ਚੱਲੋਗੇ ਨਾ? ਮਾਤਾ ਜੀ ਨੇ ਆਖਿਆ, ਮੇਰੇ ਧੰਨ ਭਾਗ, ਜੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਮੈਨੂੰ ਹੋ ਜਾਣ, ਹੋਰ ਮੈਨੂੰ ਚਾਹੀਦਾ ਕੀ? ਇੱਕ ਅਰਸੇ ਦੇ ਬਾਅਦ ਦੁਬਾਰਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਰੂਪ ਦੇ ਦਰਸ਼ਨ ਕਰਦਾ ਸੁਭਾਗ ਪ੍ਰਾਪਤ ਹੋਵੇਗਾ, ਬੜਾ ਲੰਮਾ ਅਰਸਾ ਹੋ ਗਿਆ। ਫਿਰ ਕਹਿੰਦਾ, ਮਾਤਾ ਚੱਲ ਤਿਆਰੀ ਕਰ, ਮੈਂ ਜਾਣਾ, ਤੈਨੂੰ ਵੀ ਨਾਲ ਲੈ ਕੇ ਜਾਵਾਂਗਾ। ਫਿਰ ਸੋਚਦਾ, ਕਹਿੰਦਾ, ਗੁਰੂ ਬਾਬੇ ਦੇ ਦਰ ਤੇ ਜਾਣਾ, ਕੀ ਭੇਟਾ ਲੈ ਕੇ ਜਾਵਾਂ? ਨਾ ਸੋਨਾ ਚਾਂਦੀ ਲੈ ਕੇ ਜਾਵਾਂ, ਨਾ ਗੁਰੂ ਨਾਨਕ ਦੇ ਦਰ ਤੇ ਕਿਸੇ ਚੀਜ਼ ਦਾ ਘਾਟਾ ਨਹੀਂ, ਹਥਿਆਰ ਲੈ ਕੇ ਜਾਵਾਂ? ਕਹਿੰਦਾ, ਨਹੀਂ, ਉਹ ਸ਼ਸਤਰਧਾਰੀ ਸਤਿਗੁਰੂ, ਉਹ ਆਪ ਹਥਿਆਰਾਂ ਦੇ ਮਾਲਕ, ਉੱਥੇ ਘਾਟਾ ਨਹੀਂ। ਫਿਰ ਕਹਿੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਜਾਣਾ, ਕੋਈ ਏਦਾਂ ਦੀ ਚੀਜ਼ ਲੈ ਕੇ ਜਾਵਾਂ ਜਿਹੜਾ ਪਾਤਸ਼ਾਹ ਆਪ ਕਿਰਪਾ ਕਰੇ ਉਹਨਾਂ ਦੇ ਦਰ ਤੇ ਨਾ ਮਨਜ਼ੂਰ ਹੋਵੇ। ਅਰਦਾਸ ਕਰਕੇ ਲੱਭਣ ਲੱਗਿਆ, ਲੱਭਦਿਆਂ ਲੱਭਦਿਆਂ ਸਭ ਤੋਂ ਪਹਿਲਾਂ ਇੱਕ ਇਹਨੇ ਹਾਥੀ ਲੱਭਿਆ ਜਿਹਨੂੰ ਪ੍ਰਸ਼ਾਦੀ ਹਾਥੀ ਕਿਹਾ ਜਾਂਦਾ। ਇਹਦਾ ਕਾਲਾ ਸ਼ਾਹ ਰੰਗ ਸੀ ਗੁਰਮੁਖ ਪਿਆਰਿਓ, ਇੱਕ ਚਿੱਟੀ ਧਾਰੀ ਇਹਦੀ ਸੁੰਹ ਤੋਂ ਚੱਲਦੀ ਸੀ। ਇਹਦੇ ਮਸਤਕ ਵਿੱਚ ਆ ਕੇ ਕਹਿ ਜੋ ਰੋਟੀ ਵਰਗਾ ਚਿੱਟਾ ਚੰਦ ਜਿਹੜਾ ਸੀ ਇਹਦਾ ਬਣ ਜਾਂਦਾ ਸੀ। ਇਹ ਧਾਰੀ ਫਿਰ ਇਹਦੀ ਪਿੱਠ ਰਾਹੀਂ ਹੁੰਦੀ ਹੁੰਦੀ ਪੂਛ ਤੱਕ ਜਾਂਦੀ ਸੀ। ਫਿਰ ਇਹਦੇ ਲੱਕ ਦੇ ਉੱਪਰ, ਇਹਦੀ ਪਿੱਠ ਦੇ ਉੱਪਰੋਂ ਬਰੀਕ ਬਰੀਕ ਧਾਰੀਆਂ, ਮਾਨੋ ਜਿਵੇਂ ਕਿਸੇ ਪਰਬਤ ਦੀ ਬਰਫ਼ ਪਿਘਲ ਕੇ ਥੱਲੇ ਨੂੰ ਨਦੀਆਂ ਵਾਕਿਆ ਹੁੰਦੀਆਂ ਨੇ ਨਾ, ਇਸ ਤਰ੍ਹਾਂ ਛੋਟੀਆਂ ਛੋਟੀਆਂ ਧਾਰੀਆਂ ਵਾਕੇ ਹਾਥੀ ਦੇ ਪੈਰਾਂ ਮਲਾ ਰਹੀਆਂ ਨੇ। ਦੇਖਣ ਨੂੰ ਏਡਾ ਖੂਬਸੂਰਤ, ਇਹਦੇ ਨਾਲ ਦਾ ਦੂਜਾ ਹਾਥੀ ਦੁਨੀਆਂ 'ਚ ਬਣਿਆ ਹੀ ਨਹੀਂ ਸੀ। ਕਹਿੰਦਾ, ਚਲੋ ਹਾਥੀ ਖਰੀਦ ਲਿਆ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾਣਾ, ਇੱਦਾਂ ਹੀ ਥੋੜ੍ਹਾ ਲੈ ਕੇ ਚੱਲ ਜਾਵਾਂ। ਦਿਨ ਰਾਤ ਇੱਕ ਕਰਕੇ ਰਾਜਾ ਰਤਨ ਰਾਏ ਨੇ ਇਹ ਹਾਥੀ ਨੂੰ ਸਿਖਾਇਆ, ਟੀਚ ਕੀਤਾ, ਕਿੱਦਾਂ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਰ 'ਤੇ ਚੌਰ ਕਿੱਦਾਂ ਕਰਨਾ, ਚੌਰ ਹਾਥੀ ਨੂੰ ਸਿਖਾਇਆ, ਆਪਣੀ ਸੁਣ 'ਚ ਗੜਵਾ ਭਰ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨ ਕਿੱਦਾਂ ਧੋਣੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਤੀਰ ਚਲਾਉਂਦੇ ਨੇ, ਮੇਰੇ ਮਹਾਰਾਜ ਜੀ ਤੀਰ ਸੁੱਟਿਆ ਕਰਨਗੇ, ਹਾਥੀ ਨੂੰ ਸਿਖਾਇਆ ਤੀਰ ਚੁੱਕ ਕੇ ਕਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲੈ ਕੇ ਆਉਣਾ ਜੀ। ਇਹ ਹੁੰਦੀ ਜੇ ਭਾਵਨਾ, ਸ਼ਰਧਾ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਉਣਾ, ਗੁਰੂ ਘਰ ਆਉਣਾ ਨਾ, ਸਾਰਾ ਕੁਝ ਹੀ ਅਰਪਣ ਕਰਦਿਆ ਕਰੋ। ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਨੇ ਆਖਿਆ, ਤੂੰ ਮੇਰੇ ਵਾਸਤੇ ਦਸਵੰਧ ਕੱਢ, ਮੈਂ ਤੇਰੇ ਵਾਸਤੇ ਕਿਸੇ ਚੀਜ਼ ਦਾ ਘਾਟਾ ਹੀ ਨਹੀਂ ਰੱਖਾਂਗਾ। ਸਾਡੇ ਜੁਆਇੰਟ ਖਾਤੇ ਹੈ ਨਾ ਸਾਰਿਆਂ ਦੇ, ਹਸਬੈਂਡ ਵਾਈਫ ਦਾ ਜੁਆਇੰਟ ਖਾਤਾ ਹੁੰਦਾ ਜੇ,
एक खाता गुरु ग्रंथ साहिब महाराज के नाल जॉइंट कर लो तुसी दसवंध कढ़न लग पाओ जिदा खाता गुरु पाशा महाराज नाल जुड़ गया ना उहदे खाते च कदे बैंक बैलेंस खत्म ही नहीं हो सकदा करो तुसी दसवंध कढ़ो दास गुरु ग्रंथ साहिब महाराज दी हजूरी च बेनती करदा जे तुहाडे घर च पैसे दा घाटा निकल गया ते मैं कीर्तन करना बंद कर दवां यह बख्शिश है गुरु गुरु कलगी पातशाह महाराज की बहुत आनी दसवां हिस्सा मंगया पातशाह ने राजे रतन राय ने इस तरह हाथी सिखाया फिर कहिंदा हाथ एक शस्त्र भी लैके जाना पांच कला शस्त्र तैयार करवाया यह शस्त्र सी जिहड़ा बटन दबिया गुरमुख पैर एक नेजा बन जाता छोटा जिहा नेजा बटन दबिया छोटी बंदूक बन जाता सी कटार बनता सी तेग बनता सी ढाल बन जाता सी एको शस्त्र का वार वार वो बटन दबिया वक्रे वक्री कलाई की निकलती सी बड़े प्यार दे नाल फिर शाही पोशाके इसने लए सोहने सोहने वस्त्र लए गुरु कलगीधर पातशाह मन दर्शन करने वास्ते किवें तैयारी करे आप संगत भी सरवण करो दास ने गड्डी शांतियां लैना लिखण का यतन किया गुरमुख प्यारियो राजा रतन राय गुरु गोबिंद सिंह महाराज नूं मिलन वास्ते जा रहे किवें तैयारी करके जा रहे की कुछ लैके आ रहे ढाडी सिंह आप संगत नाल सांझा करे ने इहो मैने कीता जा वाली रख के आस गुरां दे मिलाप वाली रख के लगा करन तैयारियां लगा करन तैयारियां की पेट में ले जावा सोने गुरु लई की पेट में ले जावा सोने गुरु लई घाट नाही किसे चीज दी घाट नाही किसे चीज दी पर प्रेम दी पर प्रेम दी सौगात एक होम दी पर प्रेम दी सौगात एक होम दी हो पर प्रेम दी सौगात एक होम दी पर प्रेम दी सौगात एक होम दी सोच के लभण लगया सोच के लभण लगया पहला ढूंढिया पहला ढूंढिया हाथी एक मकड़ा पहला ढूंढिया हाथी एक मकड़ा शाह काला रंग उसदा शाह काला रंग उसदा मथा चिट्टा है मथा चिट्टा है कुंचर दे दंद वरगा मथा चिट्टा है कुंचर दे दंद वरगा चिट्टी ही लकीर सुनते चिट्टी ही लकीर सुनते पूछ तक बई पूछ तक जावे सोभा पाम दी पूछ तक जावे सोभा पाम दी लत्ता वाले आउन तारिया लत्ता वाले आउन तारिया मानो पर्वत मानो पर्वत कैलाश दा नमूना मानो पर्वत कैलाश दा नमूना बर्फ पंगारी प्रेम दी बर्फ पंगारी प्रेम दी वैण नदियां वैण नदियां जी मान सरोवरों वैण नदियां जी मान सरोवरों तोवें लत्ता वाले दूजी भेट पंज कला एक शस्त्र दूजी भेट पंज कला एक शस्त्र अजब नजारा इसदा अजब नजारा इसदा विच गात्रे विच गात्रे पिया देग लगदा विच गात्रे पिया देग लगदा दूजा बस तौल बणजे दूजा बस तौल बणजे कला दबिया गुरज
बरसा गला दबिया गुरज ते बरसा हो गला दबिया गुरज ते बरसा नाले बन जावे ढालवी नाले बन जावे ढालवी एक अजब चंदन दी चौंकी एक अजब चंदन दी चौंकी विश जे पटन नपिया विश जे पटन नपिया एक कीमती कटोरा बनवाया एक कीमती कटोरा एक बनाया ओड़े अते जगा कलगी ओड़े अते जगा कलगी हार मोतियां हार मोतियां ता शाही बनवा के हार मोतियां ता शाही बनवा के बादशाह आनंदपुर अरफ गुरां दे प्रेम ने दिल मलिया अरफ गुरां दे प्रेम ने दिल मलिया अरफ गुरां दे प्रेम ने दिल मलिया ए सारियां कीमती पटावां लेके राजा रतन राय ए तुर पिया गुरमुख प्यारो अपने देश दे विचों अपनी माता नाल लेके नगदे सरदारां नूं लेके माता नूं कहिंदा माता राज भाग की चिंता करन की जरूरत नहीं जिहड़ा पातशाह सानूं सद रहा है आपे ही राज करवावेगा आपे ही अपने मंत्रियों के सिर ते सारा ही राज भाग छड के राजा जिहड़ा सी आगरे का माफ करना गुरमुख प्यारो इत्थों तुर पिया जी राजा असाम तो तुरदा तुरदा राजा पटना साहब की धरती ते आया गुरु कलगी पातशाह माज के प्रकाश स्थान की सेवा करवाई इत्थों तुर के राजा राम राय आनंदपुर साहब की धरती ते आया कलगी पातशाह महाराज सिखा ने सुनेहा पजाया सचे पातशाह जीओ तुहाडे दर्शन करन वास्ते असाम दा राजा आ चुका जी पातशाह भी जानदे सन प्रेम दा भिजा आ रहा हंकार दा मारिया नहीं पातशाह ने ओहदे आउण दी सेवा विच जीओ आया आखण वास्ते तैयारियां करवाईयां राजा रतन राय अपने नाल प्रसादी हाथी लैके अपने नाल पंच कला शस्त्र लैके कीमती कटोरा विछाइयां लैके गुरु कलगी पातशाह महाराज के दीवान च हाजिर होया जल्दी दे नाल तैयार सी इको कविता कहनी गुरमुख प्यारो पंच मिनट का समा बचा जे गुरु कलगी पातशाह महाराज के जदों दरबार दे विच राज ने कदम धरिया सामने दर्शन किते साक्षात अकाल रूप सिर ते सजा होया नीला दमाला पातशाह दे गल पाया नीला चोला ढाके लड़कदी साढ़े तीन फुट दी तेग एक मोढ़े कमान दूजे मोढ़े ते पत्था पत्थे च तीर लक दे नाल कीता कमर कसा दमाले च शोभा पावदे चक्कर सतगुरु सच्चे पातशाह दे गल पाई सुचे मोतियां दी माला कलगी तर पातशाह महाराज दा लम्मा दाड़ा कुंडले सोहणे मशहरे ते नेत्रां दे नाल नेत्र जदों इस राजे रतन राय ने मिलाए ना इहनूं इउं प्रतीत होया जिवें अज इहदे अंदरों ही सतगुरु सच्चे पातशाह प्रगट हो के गुरु तेग बहादुर महाराज सामने आ के बैठ गए जदों कलगी पातशाह महाराज दे कीते दर्शन अपना मस्तक सतगुरु सच्चे पातशाह दे चरणां ते धरिया दोवां हत्थां दे नाल महाराज दे चरण पकड़ के ए राजा रतन राय नारा जो नीर वहा के ते सतगुरु सच्चे पातशाह दे नाल दो गल्लां इउं करिया हाँ गुरां दे चर
जोत आत्मा दी जग दिए हाँ जोत आत्मा दी जग दिए ऐसा तू मेरे माहिया हाँ किथे ऐसा तू मेरे माहिया आप जी दा साथ चाहिदा हाँ आप जी दा साथ चाहिदा छड तुर जीना दूर राहिया हाँ छड तुर जीना दूर राहिया तेरी दीद ने दिल मोया तेरी दीद ने दिल मोया अखियां च मोती गिर दे कर कमला ना जदों छोया अखियां च मोती गिर दे कर कमला ना जदों छोया सोने सतगुरु जी कल्याण हो गई बूहे सच खंड दे खोल दे सोने सतगुरु जी बोले सोने सतगुरु जी बोल दे सिखा कल्याण हो गई बुहे सच खंड देने खोल दे सिखा कल्याण हो गई बुहे सच खंड देने खोल दे सिखा कल्याण हो गई बुहे सच खंड देने खोल दे सतगुरु सच्चे पातशाह महाराज ने राजा रतन राय नु चरणा दे नाल लगाया ते सतगुरु दे दर्शन करके वाह वाह कर उठा गुरमुख प्यारे सारी संगत प्यार विच आओ ते आखो सतनाम श्री वाहिगुरु इस एक प्यार एक भावना दा इतिहास जिन्हें सानू सिखाया अपने गुरु दे वास्ते किवें तड़फ पैदा करनी है सो मिलिया होया समा समाप्त कोटानकोट धनवाद संगतां दा आप सारिया संगतां सतगुरु सच्चे पातशाह दे चरण परसन वास्ते आए हो इतिहास सरवण करदे हो अरदास बेनती करदे हो सच्चे पातशाह सारिया संगतां नू अपने चरणों के भौरे बना के रखन पातशाह महाराज दर्शन दारे देंदे रहे सो सारिया संगत वालों बहुत सारा प्यार आया माया रूप में पातशाह नाम जानते चढ़ती कला बख्शिश कर खजाने भरपूर कर इन बेनती प्रवान करनिया जी प्यार विच आओ ते गज के आखो वाहेगुरु जी का खालसा वाहेगुरु जी की फतेह ठाकुर तुम पहे अरदास जियो पिंड सब तेरी तुम मात पिता हम बारक तेरे तुमरी कृपा में सुख कोई न जाने तुमरा अन चा भगवंत सगल समग्री तुमरे सूतर तारी तुम ते हो तुमरी गत मित तुम ही जानी नानक बोलो जी वाहिगुरु 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 एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए
फिर अंगद गौर ते अमरदास रामदास हुई सहाय जन हर गोबिंद नु सिमरो श्री हर राय श्री हर कृष्ण ते आई है जय जठै सब दुख जाए तेग बहादुर सिमरिया करन दयावे ताए सब थाई होए सहाय दसवें पातशाह साहब श्री गुरु गोबिंद सिंह साहब जी सब थाई होए सहाय दसा पातशाहियाँ की जोत साहब श्री गुरु ग्रंथ साहब जी के पाठ दर्शन दर ध्यान तर के बोलो जी पंजा प्यारियां चौं साहबजादियां चालीं मुक्तियां हठियां जपियां तपियां जिन नाम जपिया वंड के छकिया देख चलाई ते गवाही दे के आन डेठ कीता तिना प्यारियां सचारियां की कमाई दा ध्यान तर के बोलो जी जिन्हां सिंघां सिंघणियां तरमे सी दित्ते बन बन कटवाए खोपरियां लुहाइयां चरखणियां ते चढ़े आरियां नाल चरवाए गए गुरुद्वारे दी सेवा लई कुरबानियां कीतियां धर्म निहारिया सिखी के सा सुवासा संग निभाई तिना की कमाई दा ध्यान तर के बोलो जी पंजा तख्तां सरबत गुरुद्वारा जी का ध्यान तर के बोलो जी प्रथम है सरबत खालसा जी की अरदास है जी सरबत खालसा जी को वाहिगुरु 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 चित आवै चित आवन कसदका सर्व सुख होए जहाँ जहाँ खालसा जी साहिब तां तां रचिया रियात देख तेख फतेह बिरद की पैज पंथ की जी श्री साहिब जी सहाय खालसा जी के बोल बाले बोलो जी सिखा न सिखी दान के दान रह दान विवेक दान विसाह दान भरोसा दान दाना सरदान नाम दान श्री अमृतसर साहब जी के दर्शन इशनान चौंकियाँ झंडे बुंगे जुगो जोगिया टल धर्म का जयकार बोलो जी सिखा दा मन नीवा मत उची मत पात दे राखिया वाहिगुरु अकाल पुरख जी अपने पंथ ते सदा सहाई दे तार जीओ श्री ननकाना साहिब अते होर गुरुद्वारिया गुरुधामा जिन्हां पंथ नूं विछोड़िया गया खुले दर्शन दे दार सेवा संभाल दा दान प्यारे खालसा जी नूं बख्शो हे निमाणिया दे मान सतगुरु नितणिया दे तन सतगुरु न्योटिया दे ओट न्यासरिया दे आसरे धन धन साहिब श्री गुरु ग्रंथ साहिब जीओ आप जी के पावन चरण कमला विखे समूह संगत वालों अरदास है सतगुरु जी आप जी का कोटान कोटनवास शुकराना जी आप जी ने संगतां नूं खुले दर्शन दारे बख्श के निहाल किया गुरद्वारा बाबा दीप सिंह शहीद विखे सतगुरु जी आप जी पावन हजूरी अंदर श्याम दे सुंदर दीवान सज सजे दीवाना विच गुरबाणी विचार गुरमत विचार ढाडी वारा ने संगतान गुरु ते आश्रम करवाया गया सतगुरु जीओ अमृत वेल तो लैके हूँ तक आवी दर संगतान ने सेवा की समुची सेवा निभाद्या हजूरी विचरदिया हुई गलतियां भुलना चुकां दी आप जी ने मुआफ़ी बख्शनी जी अगे तो समत बख्शनी बाणी का फलादेश दारा ही संगत के हिरद्या वसाउणा हाजरी तिल फुल भेटा प्रवान करनी कदम कदम लेखे लाउणा जी दरो करो गुरसिखी नामदान भरोसा बख्शना संगतां दे गृह परिवारां विच्चों दुखां कलेशां दा नाश करना जी भजन मन दा प्रताप करना कमाइयां च बरकतां परिवारां च एकता इतबाक चढ़दे कले दात बख्शनी बच्चे दे सिरां ते मेहर प्रयात रखना मत पित दया गया कर गुरमत ते धर्म ते परपक रहन दी सोझी प्रदान करनी सतगुरु जीओ अमृत वेल तों लैके हुण तक जिन्हां संगतां वल्लों दर ते अरदासां बेनतियां कीतियां गईआं जी लंगरां वास्ते रस्तां बस्तां की सेवा की गई सभना की घाल सेवा थाए अपनी सतगुरु जीओ जिन्हां संगतां वल्लों सुंदर माला भेटा किए गए अंगीकार करने संगतां दे लोग परलोक च पड़दे कजनी सतगुरु जीओ दया करो पावन हुक्म बख्श करके संगतां नूं कृतार्थ करो जी हुक्म ते चलण दी समर्था सोझी प्रदान करनी सही प्यारे मेल जिन्हां मिले आप जी दा पवित्र नाम चेते आवे नानक नाम चढ़दी कला तेरे वाहेगुरू जी का खालसा वाहेगुरू जी की फतह दोहरा अग्या पहिया काल की साफ सिखन को हुक्म है गुरु ग्रंथ जी मान्यो जो प्रभु को मिल बोच है राज करेगा खालसा खुआर हुए सब मिलेंगे वाहिगुरु नाम जहाज है जो शरदा कर सेव दे जो शरदा कर सेव दे बोले सोनिहाल वाहिगुरु जी का खालसा वाहिगुरु सतनाम श्री वाहिगुरु साहिब जी सतनाम श्री वाहिगुरु
साहिब जी डंडौत बंदन अनक बार सर्बकला समरथ डोलन ते राखो प्रभु नानक दे कर हाथ सगल गुणा के दाते स्वामी बिनो सुनो एक दीना देहो दरस नानक बलिहारी जीड़ा बल बल कीना देहो दरस नानक बलिहारी जीड़ा बल बल कीना सतनाम श्री वाहिगुरु साहिब जी सोरठ महला पंदवा गए कलेश रोग सब नासे प्रभ अपने कृपा धारी आठ पहर अराधो स्वामी पूर्ण काल हमारी गए कलेश रोग सब नासे प्रभ अपने कृपा धारी आठ पहर अराध हो स्वामी पूर्ण कार हमारी हर जियो तू सुख संपत रास राख लहो भाई मेरे को प्रभ आगे अरदास रहाव जो मांगो सोई सोई पावो अपने खसम भरोसा कहो नानक गुरपूरा भेटो मिट्यो सगल अंदेसा जो मांगो सोई सोई पावो अपने खसम भरोसा कहो नानक गुरपूरा भेटो मिट्यो सगल अंदेसा वाहिगुरु जी का खालसा वाहिगुरु जी की फतेह वाहिगुरु जी सोरठ महला पंजवा गुरु का सुदर खवारी चौकी चौगिरद हमारी राम नाम मन लागा जमल जाए कर भागा प्रभ जी तू मेरो सुख दाता बंधन काट करे मन निर्मल पूर्ण पुरख विधाता रहाओ नानक प्रभ विनासी ताकि सेव न बिरथी जासी आनंद करे तेरे दासा जप पूर्ण हुई आसा बिलावल महला पंजवा ताती भावना लगई पार ब्रह्म शरण आई चौगिरद हमारे रामकार दुख लग्या ना भाई सतगुर पूरा भेटिया जिन बणत बनाई राम नाम औखत दिया एकाली बुलाई रहाओ राख लिए तिन रखण हार सब ब्याद मिटाई कहो नानक कृपा भई प्रभ भय सहाई सलोक जय साधु गोविंद भजन कीर्तन नानक नीत ना हो ना तू नह छुटे हे निकट ना जाई ओ दूत सलोक महला पंजवा मन में चितवो चितवनी उदम करो उठ नीत हर कीर्तन का आहरो हर देहु नानके मीत सुहिला राग गौड़ी दीप की महला पहला एक ओंकार सतगुरु प्रसाद जय घर कीरत आखी करते का हुए बिचारो तित घर गावो सोहला सिवरे हो सृजनहारो तुम गावो हो मेरे निरभाओ का सोहला हों आरी जित सोहला सदा सुख होए रहाओ नित नित जेड़ संभालिन देखेगा देवनहार तेरे दान कीमत ना पवै तिस दाते कवन समार संबत शाह लिखिया मिलकर भावो तेल देहो सजन असीसड़ियाँ जो होवै साहिब सिओ मेल घर घरे हो पहुँचा सदड़े नित पवन सदन हारा सिमरी ऐ नानक से देह आवन राग आसा महला पहला छे घर छे गुर छे उपदेश गुर गुर एको वेस अनेक बाबा जय घर करते कीरत होए सो घर राख वडाई तो रहाओ विश्व सिया घड़िया पहरा थिती वारी माहो हुआ सूरज को रुत अनेक नानक करते के तेवेस राग तनासरी महला पहला गगन में थाल राव चंद दीपक बने तारका मंडल जनक मोती धूप मल्याण लो पवन चवरो करे सगल बनराए फूलंत ज्योति कैसी आरती होए पावखणना त्री आरती अनहत्ता शब्द वा जंत भेरी रहाव सहस तव नैन नर नैन है तू ही कहो सहस मूर्त नायक तू ही सहस पद विमल नानी एक पद गंध बिन सहस तव गंध देव चलत मोही सब मैं जोत जोत है सोए
ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੁ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ, ਜਾਤੇ ਤੇਰੇ ਨਾਇ ਵਾਸਾਰਾ, ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਉ, ਸਾਕਤ ਹਾਰਾ ਸਾਧਨਾ ਜਾਣਿਆ, ਤ੍ਰਿਅੰਤਰ ਹੋਮੈ ਕੰਡਾ ਹੇ, ਜਿਉਂ ਜਿਉਂ ਚਲਹਿ ਚਬੈ ਦੁਖ ਪਾਵੇ, ਜਮਕਾਲ ਸਹੇ ਸ੍ਰੀ ਡੰਡਾ ਹੇ, ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਾਵ ਖੰਡਾ ਹੇ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ